ਸਤਿ ਸ੍ਰੀ ਅਕਾਲ ਫਰੈਂਡ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਬਹੁਤ ਹੀ ਵੱਡੀ ਖਬਰ ਜਿਹੜੀ ਅਪਡੇਟ ਆ ਰਹੀ ਹੈ ਪੰਜਾਬ ਸਰਕਾਰ ਦਾ ਫੈਸਲਾ ਐਗਜ਼ਾਮ 2020 ਇਹ ਚ ਆਪਾਂ ਗੱਲ ਕਰਾਂਗੇ ਸਕੂਲਾਂ ਕਾਲਜਾਂ ਦੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਡੀਡ ਸ਼ੀਟ ਕਦੋਂ ਆਊਗੀ ਪੇਪਰਾਂ ਤੇ ਜਿਹੜੀ ਵੱਡੀ ਖਬਰ ਆ ਰਹੀ ਹੈ ਪੇਪਰ ਕਦੋਂ ਹੋਣਗੇ 10ਵੀਂ ਤੇ 12ਵੀਂ ਦੇ ਕਾਲਜ ਯੂਨੀਵਰਸਿਟੀ ਦੇ ਪੇਪਰ ਕਦੋਂ ਹੋਣਗੇ ਅੱਜ ਇਸ ਵੀਡੀਓ ਵਿੱਚ 올 ਆਵਰ ਜਾਣਕਾਰੀ ਦੇਵਾਂਗੇ ਕਿ ਸਾਰੇ ਬੱਚਿਆਂ ਦੇ ਪੇਪਰ ਕਦੋਂ ਹੋਣਗੇ ਚਾਹੇ ਉਹ 10ਵੀਂ ਚਾਹੇ ਉਹ +2 ਚਾਹੇ ਚਾਹੇ ਉਹ ਸਕੂਲਾਂ ਚ ਪੜਦਾ ਚਾਹੇ ਉਹ ਕਾਲਜ ਚ ਪੜਦਾ ਕਿਸੇ ਵੀ ਕਾਲਜ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ ਚਾਹੇ ਉਹ ਪਟਿਆਲਾ ਯੂਨੀਵਰਸਿਟੀ ਦਾ ਹੋਵੇ ਚਾਹੇ ਚੰਡੀਗੜ੍ਹ ਯੂਨੀਵਰਸਿਟੀ ਦਾ ਹੋਵੇ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੋਵੇ ਚਾਹੇ ਉਹ ਪੀਐਸਸੀਬੀ ਦੀ ਖਬਰ ਹੋਵੇ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਚ ਦੇਵਾਂਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਚੈਨਲ ਤੇ ਪਹਿਲੀ ਬਾਰ ਆਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਠੀਕ ਹੈ ਸਾਰੀ ਇਨਫੋਰਮੇਸ਼ਨ ਦੇਵਾਂਗੇ ਇਸ ਵੀਡੀਓ ਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਗੁਜਾਰਿਸ਼ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਕਿਉਂਕਿ ਲਾਈਕ ਦੇਣਾ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਅੱਗੇ ਤੋਗੇ ਤੁਹਾਡੇ ਨਾਲ ਵੀਡੀਓ ਬਣਾਉਣ ਦੀ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਇੱਕ WhatsApp ਗਰੁੱਪ ਦਿੱਤਾ ਹੋਇਆ ਉਸ ਨੂੰ ਜਾ ਕੇ ਜ਼ਰੂਰ ਚੈੱਕ ਕਰੋ ਉਸ ਨੂੰ ਜੁਆਇਨ ਕਰੋ ਹਰ ਇੱਕ ਵੱਡੀ ਅਪਡੇਟ ਮੈਂ WhatsApp ਤੇ ਕਰਦਾ ਹਾਂ ਤੁਸੀਂ ਮੇਰੇ ਨਾਲ ਪਰਸਨਲੀ ਵੀ ਗੱਲ ਕਰ ਸਕਦੇ ਹੋ ਮੈਸੇਜ ਕਰਕੇ ਤੁਸੀਂ ਜਾ ਕੇ WhatsApp ਗਰੁੱਪ ਜੁਆਇਨ ਕਰੋ ਠੀਕ ਹੈ ਗੱਲ ਕਰਾਂਗੀ ਸਕੂਲਾਂ ਕਾਲਜਾਂ ਦੇ ਯੂਨੀਵਰਸਿਟੀ ਦੇ ਪੇਪਰਾਂ ਤੇ ਠੀਕ ਹੈ ਤੁਹਾਨੂੰ ਮੈਂ ਪਹਿਲਾਂ ਇੱਕ CM ਪੰਜਾਬ ਦੀ ਜਿਹੜੀ ਟਵੀਟ ਕੀਤੀ ਹੋਈ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਉਹ ਮੈਸੇਜ ਦਿਖਾਉਣਾ ਦੇਖੋ ਜਿਵੇਂ ਪੰਜਾਬ ਗਵਰਨਮੈਂਟ ਵੱਲੋਂ ਇਹ ਜਿਹੜਾ ਮੈਸੇਜ ਸੀਗਾ ਟਵੀਟ ਕੀਤਾ ਗਿਆ ਸੀ ਉੱਚ ਤੁਸੀਂ ਸਾਰਾ ਦੇਖ ਸਕਦੇ ਹੋ ਕਿ ਐਗਜ਼ਾਮੀਨੇਸ਼ਨ ਇਨ ਯੂਨੀਵਰਸਿਟੀ ਐਂਡ ਕਾਲਜ ਇਨ ਸਟੇਟ ਆਫਟਰ ਜੂਨ 30 ਮਤਲਬ 30 ਜੂਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਐਗਜ਼ਾਮੀਨੇਸ਼ਨ ਤੇ ਚਾਹੇ ਉਹ ਯੂਨੀਵਰਸਿਟੀ ਦੀ ਹੋਵੇ ਚਾਹੇ ਉਹ ਸਕੂਲ ਦੀ ਹੋਵੇ ਠੀਕ ਹੈ 30 ਜੂਨ ਤੋਂ ਬਾਅਦ ਜਿਹੜਾ ਫੈਸਲਾ ਜਿਹੜਾ ਲਿਆ ਜਾਵੇਗਾ ਜਦੋਂ ਜਿਹੜੀ ਇੰਡੀਆ ਸਰਕਾਰ ਕੋਈ ਹਦਾਇਤਾਂ ਨਮੀਆਂ ਪੇਸ਼ ਕਰੇਗੀ ਉਸ ਦੇ ਅਨੁਸਾਰ ਹੀ ਜਿਹੜਾ ਫੈਸਲਾ ਲਿਆ ਜਾਣਾ ਠੀਕ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਇਹ ਦੱਸ ਚੁੱਕਿਆ ਕਿ 30 ਜੂਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ ਤੁਹਾਡੇ ਪੇਪਰਾਂ ਤੇ ਤੁਹਾਨੂੰ ਇੱਕ ਹੋਰ ਵੱਡੀ ਖਬਰ ਵੀ ਦੱਸਾਂਗੇ ਅਖਬਾਰ ਦੀ ਕਟਿੰਗ ਤੇ ਜਿਹੜੀ ਪੇਪਰਾਂ ਦੇ ਰਿਲੇਟਡ ਹੈਗੀ ਹੈ ਸਕੂਲਾਂ ਤੇ ਕਾਲਜਾਂ ਦੀ ਚਾਹੇ ਤੁਸੀਂ ਕਿਸੇ ਵੀ ਯੂਨੀਵਰਸਿਟੀ ਵਿੱਚ ਪੜਦੇ ਹੋ ਇਹ ਤਾਂ ਤੁਹਾਨੂੰ ਮੈਂ ਦਿਖਾਈ ਇੱਕ ਟਵੀਟ ਕੀਤੀ ਹੋਈ ਸੀਐਮ ਅਮਰਿੰਦਰ ਸਿੰਘ ਦੀ ਠੀਕ ਹੈ ਕੈਪਟਨ ਦੀ ਜਿਹੜੀ ਉਹਨਾਂ ਨੇ ਟਵੀਟ ਕਰਕੇ ਦੱਸੀ ਸੀਗੀ ਜਾਣਕਾਰੀ ਕਿ 30 ਜੂਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਪੇਪਰ ਤਾਨੂੰ ਹੁਣੇ ਕਟਿੰਗ ਦਿਖਾਉਣਾ ਦੇਖੋ ਲਿਖਿਆ ਹੋਇਆ ਕਰੋਨਾ ਸੰਕਟ ਵਿਦਿਆਰਥੀ ਤੇ ਪਰਿਵਾਰਿਕ ਮੈਂਬਰ ਪ੍ਰੀਖਿਆ ਨੂੰ ਟਾਲਣ ਦੀ ਕਰ ਰਹੇ ਹਨ ਮੰਗ ਜਾਨਕਿ ਤੁਹਾਨੂੰ ਮੈਂ ਪਹਿਲੇ ਹੀ ਦੱਸ ਰਹੀ ਵੀ ਬੱਚੇ ਵੀ ਸਟ੍ਰਾਈਕ ਕਰ ਰਹੇ ਆ ਤੇ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਉਹ ਵੀ ਸਟ੍ਰਾਈਕ ਕਰ ਰਹੇ ਆ ਦੇਖੋ ਇੱਥੇ ਲਿਖਿਆ ਹੋਇਆ ਵਾ ਇਹ ਚ ਆਪਾਂ ਸਕੂਲ ਦੀ ਵੀ ਗੱਲ ਕਰ ਰਹੇ ਆਂ ਆਪਾਂ ਕਾਲਜ ਦੀ ਵੀ ਗੱਲ ਕਰ ਰਹੇ ਆਂ ਜਿਵੇਂ ਇਹ ਟਵੀਟ ਵਿੱਚ ਲਿਖਿਆ ਹੋਇਆ ਵਾ ਯੂਨੀਵਰਸਿਟੀ ਐਂਡ ਕਾਲਜਸ ਇਗਜ਼ਾਮ ਠੀਕ ਆ ਸਟੇਟ ਦੇ ਜਿਹੜੀ ਯੂਨੀਵਰਸਿਟੀ ਤੇ ਕਾਲਜ ਦੇ ਇਗਜ਼ਾਮ ਆ ਉਹਨਾਂ ਬਾਰੇ ਜਿਹੜੀ ਜਾਣਕਾਰੀ ਤੀਹ ਜੂਨ ਤੋਂ ਬਾਅਦ ਤੇ ਅਖਬਾਰ ਦੀ ਕਟਿੰਗ ਤੁਹਾਨੂੰ ਮੈਂ ਸਾਰੀ ਪੜ੍ਹ ਕੇ ਸੁਣਾਉਣਾ ਕੀ ਲਿਖਿਆ ਹੋਇਆ ਇਹਦੇ ਵਿੱਚ ਪ੍ਰੀਖਿਆਵਾਂ ਨੂੰ ਲੈ ਕੇ ਸਰਕਾਰ ਚਿੰਤਿਤ ਠੀਕ ਆ ਮੁਸ਼ਕਿਲ 20 ਜੂਨ ਤੋਂ ਬਾਅਦ ਪ੍ਰੀਖਿਆਵਾਂ ਬਾਰੇ ਕੋਈ ਫੈਸਲੇ ਦੀ ਸੰਭਾਲ ਜਾਨੀ ਸੰਭਾਵਨਾ ਜਾਨੀ ਕਿ 20 ਜੂਨ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਲਿਆ ਜਾਊਗਾ ਜੀਵਕ ਚਾਹੇ ਉਹ ਡੇਟ ਸ਼ੀਟ ਹੋਵੇ ਡੇਟ ਸ਼ੀਟ ਪ੍ਰੋਵਾਈਡ ਕਰਵਾਉਣੀ ਹੋਵੇ ਬੱਚਿਆਂ ਨੂੰ ਡੇਟ ਸ਼ੀਟ ਵੈਬਸਾਈਟ ਤੇ ਜਿਹੜੀ ਅਪਲੋਡ ਕਰਨੀ ਹੋਵੇ ਕੋਈ ਵੀ ਜਾਣਕਾਰੀ ਸੇ ਜਿਹੜੀ ਹੈਗੀ ਆ ਉਹ 20 ਜੂਨ ਤੋਂ ਬਾਅਦ ਹੀ ਜਿਹੜੀ ਹੋਵੇਗੀ ਵੀ ਜੁਣਤ ਬਾਜ ਮੈਂ ਤੁਹਾਨੂੰ ਪਤਾ ਅੱਜ ਵੀ ਕਰੋਨਾ ਵਾਇਰਸ ਦੇ ਕੇਸ ਬਹੁਤ ਹੀ ਜ਼ਿਆਦਾ ਵਧੇ ਨੇ ਠੀਕ ਹੈ ਇਹਨਾਂ ਦੇ ਰਿਲੇਟਿਡ ਸਰਕਾਰ ਵੀ ਕੋਈ ਸਹੀ ਠੋਸ ਫੈਸਲਾ ਨਹੀਂ ਲੈ ਪਾਰੀ ਕਿਉਂਕਿ ਬੱਚਿਆਂ ਦੀ ਜਿਹੜੀ ਸੰਭਾਲ ਆ ਉਸ ਉੱਤੇ ਉੱਤੇ ਜਿਹੜੀ ਉਹਨਾਂ ਦੇ ਮਾਪੇ ਆ ਉਹ ਬਹੁਤ ਜ਼ਿਆਦਾ ਤਲੰਦੀ ਮਾਂ ਘਾਰੇ ਨੇ ਕਿ ਬੱਚਿਆਂ ਨੂੰ ਸੁਰੱਖਿਆ ਤੁਸੀਂ ਕਿਵੇਂ ਪ੍ਰੋਵਾਈਡ ਕਰਵਾਉਂਗੇ ਠੀਕ ਹੈ ਪ੍ਰੀਖਿਆ ਨੂੰ ਲੈ ਕੇ ਸਰਕਾਰ ਵੀ ਚਿੰਤਤ ਆ ਕਿਉਂਕਿ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈ ਪਾ ਰਹੀ ਠੀਕ ਹੈ ਇਹਦੇ ਵਿੱਚ ਲਿਖਿਆ ਹੋਇਆ ਵਾ ਜਿਵੇਂ ਕਰੋਨਾ ਇਫੈਕਸ਼ਨ ਦੇ ਵਾਧਦੇ ਹੋਏ ਮਾਮਲਿਆਂ ਨੂੰ ਜੁਲਾਈ ਦੇ ਜਿਹੜੀ ਪ੍ਰੀਖਿਆਵਾਂ ਕੀਤੇਗੇ ਏਸੀ ਕੰਡਕਟ ਕਰਵਾਉਣੀਆਂ ਸੀ ਉਹ ਫਿਰ ਜਿਹੜੀਆਂ ਹੁਣ ਅੱਗੇ-ਅਗੇ ਵਧਾ ਦਿੱਤੀਆਂ ਗਈਆਂ ਨਹੀਂ ਵਧਾਈ ਜਾ ਰਹੀ ਨੇ ਕਿਉਂਕਿ ਕਰੋਨਾ ਵਾਇਰਸ ਦਾ ਕਹਿਰ ਹੋਰ ਵੀ ਜ਼ਿਆਦਾ ਵਧ ਰਿਹਾ ਵਾ ਤੁਹਾਡੇ ਲਈ ਮੇਨ ਖਬਰ ਬਸ ਇਹ ਸੀ ਕਿ 20 ਜੂਨ ਤੋਂ ਬਾਅਦ ਹੀ ਤੁਹਾਡੀਆਂ ਪ੍ਰੀਖਿਆਵਾਂ ਬਾਰੇ ਕੋਈ ਵੀ ਫੈਸਲਾ ਜਿਹੜਾ ਸੰਭਵ ਹੋ ਸਕੇਗਾ ਪ੍ਰੀਖਿਆਵਾਂ ਨੂੰ ਲੈ ਕੇ ਸਰਕਾਰ ਵੀ ਬਹੁਤ ਚਿੰਤਾਤਾ ਤੇ ਬੱਚੇ ਵੀ ਬਹੁਤ ਚਿੰਤਾਦਾ ਕਿ ਉਹਨਾਂ ਨੂੰ ਪਾਸ ਕਰ ਦਿੱਤਾ ਜਾਵੇ ਬਹੁਤ ਸਾਰੇ ਬੱਚੇ ਹੀ ਮੰਗ ਕਰ ਰਹੇ ਨੇ ਦੇਖੋ ਉੱਪਰ ਵੀ ਹੈਡਲਾਈਨ ਦਿੱਤਾ ਹੋਇਆ ਵਾ ਕਿ ਵਿਦਿਆਰਥੀ ਤੇ ਪਰਿਵਾਰਕ ਮੈਂਬਰ ਪ੍ਰੀਖਿਆਵਾਂ ਨੂੰ ਟਾਲਣ ਦੀ ਕਰ ਰਹੇ ਹਨ ਮੰਗ ਠੀਕ ਹੈ ਇਸ ਵੀਡੀਓ ਨੂੰ ਆਪਣੀ ਦੋਸਤਾਂ ਮਿੱਤਰਾਂ ਚਾਹੇ ਤੁਸੀਂ 10ਵੀਂ ਕਲਾਸ ਪੜ੍ਹਦੇ ਹੋ ਚਾਹੇ ਪਲੱਸ 2 ਕਲਾਸ ਤਾਂ ਤੁਸੀਂ ਐਮਏ ਬੀਐਡ ਬੀਏ ਦੇ ਵਿੱਚ ਪੜ੍ਹਦੇ ਹੋ ਫਾਈਨਲ ਦੇ ਵਿੱਚੋਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਉਨਾਂ ਤੱਕ ਵੀ ਇਹ ਵੱਡੀ ਖਬਰ ਪਹੁੰਚ ਸਕੇ ਆਪਾਂ ਹਰ ਇੱਕ ਖਬਰ ਲੈ ਕੇ ਆਨੇ ਹਾਂ ਸਕੂਲਾਂ ਦੇ ਰਿਲੇਟਿਡ ਸਰਕਾਰੀ ਨੌਕਰੀ ਦੇ ਰਿਲੇਟਿਡ ਤੇ ਜਿਹੜੀਆਂ ਆਪਣੀਆਂ ਹੁਣ ਕੋਰੋਨਾ ਵਾਇਰਸ ਕਰਕੇ ਪ੍ਰੀਖਿਆਵਾਂ ਕੰਡਕਟ ਹੋਣ ਵਾਸਤੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਬਾਰੇ ਸਾਰੀ ਅਪਡੇਟ ਆਪਾਂ ਇਸ ਚੈਨਲ ਤੇ ਦਿੰਨੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਡੇ ਤੱਕ ਸਭ ਤੋਂ ਪਹਿਲਾਂ ਵੀਡੀਓ ਮੇਰੀ ਪਹੁੰਚ ਸਕੇ ਜੇਕਰ ਮੈਂ ਕੋਈ ਵੀ ਤੁਹਾਡੇ ਰਿਲੇਟਿਡ ਜ਼ਰੂਰ ਪਾਉਣਾ ਖਬਰ ਠੀਕ ਹੈ ਆਪਾਂ ਪੀਪੀਐਸਸੀ ਦੇ ਐਗਜ਼ਾਮ ਦੀ ਤਿਆਰੀ ਵੀ ਸ਼ੁਰੂ ਕਰਵਾ ਦਿੱਤੀ ਹੈ ਚੈਨਲ ਨੂੰ ਸਬਸਕ੍ਰਾਈਬ